अज दो भादों 18 अगस्त साल 2023 ते दिन शुक्रवार दा भाई ते अज जीरो शैडो डे आ मतलब अज दे दिन कहिंदे किसी भी चीज़ का परछावा नहीं दिखूगा दुपहर च ते अज सूरज धरती दे बिल्कुल उपर दी होके गुजरेगा ते थोड़े दिनों तो यह गल फैली हुई आ नैट ते कि अज बिल्कुल भी किसी भी चीज़ का परछावा नहीं दिखूगा अज दे दिन च जीरो शैडो डे है तां करके ते जदों कि यह चीज़ अपने वाली साइड इत्थे नहीं हैगी पंजाब च तां बिल्कुल भी नहीं होवेगी यह बंगलुरू वाली साइड ते यह चीज़ होवेगी कि दोपहर च जिवें 12 बजे उत्थे बिल्कुल जदों सूरज धरती दे उपर दी गुजरूगा लंघूगा तो उदों किसी भी चीज़ का परछावा नहीं होगा तो मतलब जे बंदा खड़ा गा तो उहदा परछावा बिल्कुल उहदे पैरां च होगा तो इधर उधर नहीं होगा कितें भी तो आपां भी देखांगे दोपहर च इत्थे किन्ना क फर्क हुंदा वैसे इत्थे गर्मी दे दिनां च तां परछावा छोटा हुंदा बिल्कुल ही ते सियाल दे दिनां च वड्डा परछावा हुंदा गा ते वेखदे आ किन्ना क अज दा फर्क रहिंदा गा अज दे दिन दा आपां इत्थे भी दोपहर च जमा के देखांगे फिलहाल रोटी लैके खेत चलदे आ ते गुड मॉर्निंग जी सति श्री अकाल सारिआं नूं स्वागत आ अपने नवें ब्लॉग च अज तरीक बार तुहानूं सारा उह दस ही दित्ता ते मनप्रीत ते गग्गू सवेरे दे गए होए नेगे खेत ते आपां उहनां दा प्रशादा पाणी लै के आने ते अपने रोटियां तैयार ने बन्नियां पईआं ते इधरों गग्गू के रोटी पाणी फड़दे आ जाके प्रशादा पाणी गग्गू के मोटरसाइकल लैके चलदे आ ते धन्नवाद वीडियो ते क्लिक करन वास्ते एंड तक लाजमी देखियो ते ब्लॉग्स नूं बाकी बहुत ज़्यादा घंट लगन वाला लाइक पहले ही कर दिओ ते नवें आए चैनल ते सबसक्राइब कर लिओ फेसबुक ते देख लिओ ते पेज नूं फॉलो लाजमी कर लिओ ते फिलहाल चलदे आ मम्मी बन्न दे प्रशादे ठीक है जी ते काम कर दिन दा तुहानूं सारा दिखाउंदे रहिणेंगे ते पिंडां वाला देसी माहौल चाल गाल गप्पे तो रहत देसी गलबात ते आ बन्नियां पईआं रोटियां बन्नियां ते इह तां मम्मी चाह वास्ते उह थैली ठीक है चलो ठीक है मम्मी चंगा सति श्री अकाल भाई देखण वालिआं नूं बहुत ज्यादा गर्मी आ गई ਕੋਈ ਬਸ ਕੰਮ ਕਰੇ ਬਿਨਾ ਸਰਦਾਰੀ ਬੱਚਿਆ ਰੋਟੀ ਬਾਵਾ ਲੇਟ ਹੋ ਗਈ ਉਹਨਾਂ ਦੀ ਸਵੇਰ ਦੇ ਗਏ ਹੋ ਗਈ ਰੋਟੀ 9:30 ਤੋਂ ਉੱਤੇ ਹੋ ਗਿਆ ਉਹ ਤੁਰ ਤੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸ਼ੁਰੂ ਤੋਂ ਲੈ ਕੇ ਤੁਰ ਤੱਕ ਜਰੂਰ ਕਮੈਂਟ ਦੇਖਿਆ ਕਰੋ ਕਰਿਆ ਕਰੋ ਜਾਂ ਸਾਰੀ ਵੀਡੀਓ ਦੇਖਣੀ ਹੈਗੀ ਮੈਂ ਗੱਲ ਮਕਾਈ ਤੁਰ ਤੋਂ ਲੈ ਕੇ ਦੁਬਾਰੇ ਬੋਲੋ ਤੁਰ ਤੋਂ ਲੈ ਕੇ ਤੁਰ ਤੱਕ ਜਰੂਰ ਦੇਖਣੀ ਹੈਗੀ ਤੇ ਕਮੈਂਟ ਭੇਜੋ ਕੈਸੀ ਲੱਗੀ ਵਧੀਆ ਲੱਗੀ ਕਿ ਘਟੀਆ ਲੱਗੀ ਤੇ ਧੰਨਵਾਦ ਤੁਹਾਡੇ ਸਤਿ ਸ੍ਰੀ ਅਕਾਲ ਬੇਟਾ ਚਲੋ ਚਲੋ ਭਾਜੋ ਠੀਕ ਹੈ ਮੰਮੀ ਸਤਿ ਸ੍ਰੀ ਅਕਾਲ ਤੇ ਚਲੋ ਵੀ ਖੇਤ ਦੀ ਡਿਊਟੀ ਆਪਣੀ ਸ਼ੁਰੂ ਹੋ ਗਈ ਆ ਤੇ ਇੱਧਰ ਇੱਥੇ ਆ ਚੋਰ ਮੋਰੀ ਰੱਖੀ ਹੋਈ ਅਸੀਂ ਤੇ ਇੱਧਰ ਹੈਗਾ ਗੱਗੂ ਦਾ ਘਰ ਨਵਾਂ ਪਾਇਆ ਹੋਇਆ ਤੇ ਇੱਧਰ ਦੀ ਲੰਘਣ ਵਾਸਤੇ ਅਸੀਂ ਰੱਖਿਆ ਹੋਇਆ ਟੈਂਪਰੇਰੀ ਪੌੜੀਆਂ ਬਣਾਈਆਂ ਹੋਈਆਂ ਕਿ ਮਤਲਬ ਗੇਰਾ ਕੰਮ ਚਲਾਊ ਜੀਆਂ ਬਣਾ ਲਈਆਂ ਇੱਥੋਂ ਦੀ ਉਤਰ ਜਾਂਦੇ ਆਪਣੇ ਗੱਗੂ ਦੇ ਘਰੇ ਤੇ ਗੱਗੂ ਦਾ ਸਾਈਕਲ ਹੈ ਮਾਸੀ ਰੋਟੀਆਂ ਬੰਨੀਆਂ ਪਈਆਂ ਨਾ ਬਸ ਆ ਗਿਆ ਮੈਂ ਥੋੜ੍ਹਾ ਲੇਟ ਹੋ ਗਿਆ ਸੀ ਗੱਗੂ ਮੈਨੂੰ ਕਹਿੰਦਾ ਬਈ ਨਵਾਂ ਸਾਈਕਲ ਲੈ ਲਈਏ ਅੜੀ ਚਲਾਇਆ ਕਰਾਂਗੇ ਮੈਂ ਪੁਰਾਣਾ ਚਲਾ ਕੇ ਤਾਂ ਲਾਤੇ ਰੰਗ ਸਤਿ ਸ੍ਰੀ ਅਕਾਲ ਮਾਸੀ ਨਾ ਨਾ ਜਾਣ ਮੋਟਰਸਾਈਕਲ ਲੈ ਕੇ ਜਾਊਂ ਸੋਡੇ ਵਾਲੀ ਉਹ ਪਾਪਾ ਕਹਿੰਦਾ ਮੈਨੂੰ ਦੁਪਹਿਰ 'ਚ ਮੋਟਰਸਾਈਕਲ ਚਾਹੀਦਾ ਕਿਵੇਂ ਚਾਚੇ ਪੂਰਾ ਠੀਕ ਆ ਚੱਲੀਏ ਖੇਤ ਛੁੱਟੀਆਂ ਦੇ ਠੀਕ ਨਹੀਂ ਹੋਇਆ ਗੋਡਾ ਕੇ ਹਾਂਜੀ ਚਾਚੇ ਨੇ ਭਾਈ ਲਾ ਰੱਖਿਆ ਆਪਦਾ ਟੈਲੀਵਿਜ਼ਨ ਚਾਰਜ ਨਾਲ ਦੀ ਨਾਲ ਵਧੀਆ ਵਧੀਆ ਭਾਈ ਆਪ ਦੱਸੋ ਕੀ ਹਾਲ ਆ ਵਧੀਆ ਸਿਹਤ ਬਸ ਕੁਛ ਨਹੀਂ ਆਹ ਦੇਖ ਲਓ ਭਰ ਕੇ ਝੋਲੇ ਰੋਟੀਆਂ ਦੇ ਟੰਗ ਲਏ ਬਠਿੰਡਾ ਸਰਦੂਗਣ ਬਠਿੰਡਾ ਭਾਈ ਕੀ ਹਾਲ ਆ ਭਾਈ
ਕਿਆ ਤੁਰਿਆ ਜਾਂਦਾ ਆਪਣਾ ਪਰਛਾਵਾਂ ਨਾਲ ਨਾਲ ਕਿ ਇਹਦੀਆਂ ਗੱਲਾਂ ਥੋੜ੍ਹੇ ਦਿਨਾਂ ਤੋਂ ਹੋ ਰਹੀਆਂ ਆਪਣੇ ਸੋਸ਼ਲ ਮੀਡੀਆ 'ਤੇ। ਵੈਸੇ ਇਹ ਜਿਹੜਾ ਅੱਜ ਜੀਰੋ ਸ਼ੈਡੋ ਡੇ ਹੋਊਗਾ ਇਹ ਦੱਖਣੀ ਭਾਰਤ ਵੱਲ ਹੋਊਗਾ, ਬੰਗਲੌਰ ਵੱਲ, ਉੱਧਰੇ ਦਾ ਅਸਰ ਦੇਖਣ ਨੂੰ ਮਿਲੂਗਾ ਕਿ ਸੂਰਜ ਜਦੋਂ ਧਰਤੀ ਦੇ ਬਿਲਕੁਲ ਉੱਤੋਂ ਦੀ ਲੰਘੂਗਾ, ਸਿਰ ਉੱਤੋਂ ਦੀ, ਧਰਤੀ ਦੇ ਸਿਰ ਉੱਤੋਂ ਦੀ ਕਹਿ ਸਕਦੇ ਹਾਂਗੇ, ਅਤੇ ਆਪਣੇ ਪੰਜਾਬ, ਹਰਿਆਣਾ, ਹਿਮਾਚਲ 'ਤੇ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਹੋਊਗਾ। ਵੈਸੇ ਤਾਂ ਦੁਨੀਆ 'ਤੇ ਕਦੇ ਵੀ ਕਿਤੇ ਵੀ ਇਹੋ ਜਿਹਾ ਦਿਨ ਨਹੀਂ ਹੁੰਦਾ ਕਿ ਪਰਛਾਵਾਂ ਨਾ ਹੋਵੇ ਕਿਸੇ ਵੀ ਚੀਜ਼ ਦਾ, ਅਤੇ ਪਰਛਾਵਾਂ ਹਰ ਰੋਜ਼ ਹੁੰਦਾ ਗਾ। ਅਤੇ ਗਰਮੀਆਂ 'ਚ ਜਿਵੇਂ ਪਹਿਲਾਂ ਗੱਲ ਕਰਕੇ ਟਿਆ, ਬਸ ਛੋਟੇ ਹੁੰਦੇ ਆ ਪਰਛਾਵੇਂ ਆਪਣੇ, ਅਤੇ ਬੰਗਲੌਰ 'ਚ ਬਸ ਉਹ ਪਰਛਾਵਾਂ ਬਸ ਨਾਂ ਦੇ ਬਰਾਬਰ ਹੋਊਗਾ ਬਿਲਕੁਲ ਪੈਰਾਂ 'ਚ, ਕਿ ਉਹ ਐਕਸਪੈਰੀਮੈਂਟ ਸਾਰੇ ਅੱਜ ਕਰ ਦੇਖਣਗੇ ਅਤੇ ਆਪਾਂ ਵੀ ਦੇਖਾਂਗੇ ਦੁਪਹਿਰ 'ਚ। ਫਿਲਹਾਲ ਆਪਣੇ ਨੌਜਵਾਨਾਂ ਨੂੰ ਪ੍ਰਸ਼ਾਦੇ ਛਕਾ ਦਈਏ ਅਤੇ ਕੱਖਾਂ ਦੇ ਇਹਨਾਂ ਨੇ ਢੇਰ ਲਾ ਤੇ ਆ ਸਾਂਝਾ ਖਾਲ, ਉੱਥੇ ਜਿਹੜਾ ਘੜਿਆ ਹੋਇਆ ਸੀ ਆਪਣੀ ਵੱਟ 'ਤੇ ਪਿਆ ਸੀ ਇਹ ਕੱਖ, ਕਿ ਉਹ ਨੌਜਵਾਨਾਂ ਨੇ ਆਪਣੇ ਨੇ ਲਿਆ ਕੇ ਧਰਿਆ ਅਤੇ ਪ੍ਰਸ਼ਾਦੇ ਭਾਈ ਨੌਜਵਾਨੋ ਛਕੋ। ਤੁਸੀਂ ਲੈ ਕੇ ਨਹੀਂ ਆਏ, ਚਲੋ ਸ਼ਾਬਾਸ਼ੀ, ਲੈ ਫੜ ਰੋਟੀਆਂ, ਭੁੱਖ ਬੜੀ ਤਾਂ ਲੱਗੀ। ਅੱਜ ਨੌਜਵਾਨ ਵਾਹ ਪਹਿਲਾਂ ਦੇ ਆਏ ਸੀ, ਸਾਢੇ ਛੇ ਸੱਤ ਵਜੇ ਦੇ ਪਹੁੰਚੇ ਹੋਏ ਆ ਅਤੇ ਰੇਹੜੀ 'ਚ ਧਰੇ ਹੋਏ ਦੋ ਗੱਟੇ ਯੂਰੀਆ ਦੇ, ਦੱਸਦੇ ਆ ਕਿ ਗੱਗੂ ਕੇ ਦੋ ਗੱਟੇ ਯੂਰੀਆ ਪਾਉਣੀ ਅੱਜ ਤੀਜੀ ਵਾਰੀ ਦੀ ਯੂਰੀਆ, ਤੀਜਾ ਗੱਟਾ ਪੂਰਾ ਕਰਨਾ 26 ਝੋਨੇ 'ਚ। ਗੱਗੂ ਚਾਹ ਨਾਲ ਖਾ ਲਾ ਪਰੌਂਠੇ, ਓਏ ਚਾਹ ਪਾ ਦਿਆਂ। ਅਤੇ ਉੱਠ ਕੇ ਨੌਜਵਾਨ ਕੱਖ ਕੱਢਣ ਨੂੰ ਤੁਰੇ ਹੀ ਸੀ, ਕੱਲ੍ਹ ਇੱਕ ਟੱਬਰ ਛੱਡ ਗਏ ਸੀ, ਦੁਪਹਿਰ ਬਾਅਦ ਗਰਮੀ ਹੋ ਜਾਂਦੀ ਆ, 12 ਕੁ ਵਜੇ ਤੱਕ ਲਾ ਲੈਂਦੇ ਹਾਂ ਝੁੱਟੀ ਜਿੰਨੀ ਕੁ ਲੱਗਦੀ ਆ, ਅਤੇ ਉਸ ਤੋਂ ਬਾਅਦ ਮੁੰਡੇ ਫਿਰ ਛੁੱਟੀ ਕਰ ਜਾਂਦੇ ਆ, ਹਰਾ ਚਾਰਾ ਵੱਢ ਕੇ ਘਰਾਂ ਨੂੰ ਹੋ ਜਾਂਦੇ ਆ, 4 ਕੁ ਵਜੇ ਮੋਟਰਾਂ ਵਾਲੀ ਲਾਈਟ ਫੁਰ ਹੋ ਜਾਂਦੀ ਆ, ਅਤੇ 10 ਵੀ ਮਗਰੀ ਫਿਰ ਆ ਜਾਂਦੇ ਆ, ਅਤੇ ਇਹਨਾਂ ਨੇ ਵਾਲੀਬਾਲ ਵਗੈਰਾ ਖੇਡਣ ਦਾ ਚਾਅ ਹੁੰਦਾ, ਅਤੇ ਹੁਣ ਆਪਣਾ ਮਨਪ੍ਰੀਤ ਫਿਰਦਾ ਉਹ ਉੱਧਰ ਅੱਗੇ ਪਾਣੀ ਦੇਖਦਾ ਸਾਹਮਣੇ ਸਕਰੀਨ ਦੇ ਬਿਲਕੁਲ ਵਿਚਾਲੇ, ਅਤੇ 2 ਟਟੀਰੀਆਂ ਮਾਰਦੀਆਂ ਹੋਈਆਂ ਉਹਦੇ ਸਿਰ ਕੋਲ ਦੀ ਗੇੜੇ, ਅਤੇ ਉੱਧਰੋਂ ਮਨਪ੍ਰੀਤ ਦਾ ਫੋਨ ਆ ਗਿਆ, ਕਹਿੰਦਾ ਤੁਸੀਂ ਗੱਟੇ ਖੋਲ੍ਹੋ ਅਤੇ ਝਰੂੰਗੇ ਭਰੋ, ਪਹਿਲਾਂ ਯੂਰੀਆ ਪਾ ਦਈਏ, ਅਤੇ ਕਹਿੰਦਾ ਫਿਰ ਕੱਖ ਕੰਡਾ ਪਾ ਕੇ ਝਰੂੰਗੇ ਖਰਾਬ ਕਰ ਦਿਆਂਗੇ, ਗਿੱਲੇ ਹੋ ਜਾਂਦੇ, ਲਿਬੜ ਜਾਂਦੇ ਆ, ਅਤੇ ਤਾਂ ਕਰਕੇ 2 ਗੱਟੇ ਯੂਰੀਆ ਪਾਉਣੀ ਆ ਗੱਗੂ ਕੇ, ਅਤੇ ਪਹਿਲਾਂ ਇੱਧਰ ਲਾ ਦਈਏ ਡਿਊਟੀ, ਅਤੇ ਚੱਲ ਵੀ ਨੌਜਵਾਨਾਂ ਖੋਲ੍ਹ ਗੱਟਾ, ਅਸੀਂ ਸੁੱਟਾਂਗੇ ਪਹਿਲਾਂ ਸਿੱਧੀ ਨੂੰ ਸਿੱਧੀ, ਅਸੀਂ ਚੰਗਾ ਚੱਕ ਗੱਟਾ ਪਾੜ ਜੂ, ਇੰਨਾ ਨਹੀਂ, ਥੋੜ੍ਹਾ ਜਿਹਾ ਚੱਕ ਇੱਕ ਵਾਰੀ ਹੋਰ, ਚੱਲ ਹੁਣ ਮੂਧਾ ਕਰਾਂਗੇ ਇੱਕ ਵਾਰੀ ਹੋਰ, ਇੱਕ ਵਾਰੀ ਹੋਰ ਆ ਪਾਸਾ, ਇੱਕ ਵਾਰੀ ਦੂਜਾ ਪਾਸਾ, ਇਹ ਜਿਹੜੇ ਗੱਟੇ ਜੁੜ ਜੇ ਆਉਂਦੀ ਆ ਯੂਰੀਆ, ਉਹਨਾਂ ਦਾ ਵੀ ਪੰਗਾ ਹੀ ਹੋ ਜਾਂਦਾ, ਡਲੀਆਂ ਦੇ ਵਿੱਚ ਹਲੇ ਵੀ ਨਿਕਲਣਗੀਆਂ, 5-7 ਵਾਰੀ ਇਹਨੂੰ ਪਟਕਾ ਲਿਆ ਗੱਟੇ ਨੂੰ ਭਾਵੇਂ ਅਸੀਂ, ਅਤੇ ਹੁਣ ਗੱਗੂ ਖੋਲ੍ਹੀਏ ਅਤੇ ਲਿਆ ਫਿਰ ਆਪਣਾ ਕੈਮਰਾ ਚੱਕ ਕੇ, ਅਤੇ ਹੁਣ ਗੱਟਾ ਖੋਲ੍ਹਣਾ ਉਹੀ ਦੇਸੀ ਤਰੀਕਾ ਆਪਣਾ, ਉਹੀ ਸੇਮ ਤਰੀਕਾ, ਚਾਕੂ ਦੀ ਛੁਰੀ ਦੀ ਕਾਠ ਦੀ ਲੋੜ ਨਹੀਂ, ਅਤੇ ਹਲਕਾ ਜਿਹਾ ਇਹਦੇ 'ਚ ਉਂਗਲ ਫਸਾਵਾਂਗੇ, ਤੈਨੂੰ ਤੋੜਾਂਗੇ, ਤੈਨੂੰ ਖਿੱਚਾਂਗੇ ਅਤੇ ਪਾੜਾਂਗੇ, ਗੱਟਾ ਖੋਲ੍ਹ ਕੇ ਰੇਹ ਖਿਲਾਰਾਂਗੇ, ਚੱਕ ਲਿਆ ਤੁਹਾਡੇ, ਕਿਸੇ ਕਿਸੇ ਗੱਟੇ 'ਤੇ ਤਾਂਗਾ ਬੜਾ ਜ਼ਿਆਦਾ ਟਾਈਟ ਹੁੰਦਾ, ਕਿਸੇ 'ਤੇ ਸੂਤ ਹੁੰਦਾ ਕੰਮ, ਕੋਈ ਤਾਂ ਸੌਖਾ ਹੀ ਖੋਲ੍ਹ ਜਾਂਦਾ ਗਾ, ਅਤੇ ਜੇ ਆਪਾਂ ਇਹਨੂੰ ਸਿਰੇ ਤੋਂ ਤੋੜ ਕੇ ਇੱਥੋਂ ਖਿੱਚ ਦਿੰਦੇ ਹਾਂ, ਖਿੱਚ ਕੇ ਤੋੜਦੇ ਹਾਂ ਉਦੋਂ ਕੰਮ ਇਹਦਾ ਖਰਾਬ ਹੋ ਜਾਂਦਾ ਗਾ, ਅਤੇ ਉਦੋਂ ਇਹ ਗੁੱਜਲਾਂ ਪੈ ਜਾਂਦੀਆਂ ਨੇ ਇਹਦੇ 'ਚ, ਅਤੇ ਇਹਨੂੰ ਹਲਕਾ ਜਿਹਾ ਤਾਂ ਅੱਗੇ ਨੂੰ ਐਂ ਖਿੱਚਾਂਗੇ, ਇਹ 'ਚ ਉਂਗਲ ਫਸਾਵਾਂਗੇ, ਅਤੇ ਇਹਨੂੰ ਐਂ ਖਿੱਚ ਕੇ ਚੈੱਕ ਵੀ ਖੋਲ੍ਹਣ ਲਈ ਤਿਆਰ ਆ ਗੱਟਾ। ਅਤੇ ਕਈ ਸਾਰੇ ਵੀਰ ਭਾਈ ਕਹਿੰਦੇ ਹੁੰਦੇ ਆ ਕਿ ਤੁਹਾਡਾ ਭਾਈ 26 ਝੋਨਾ ਖਾਲ ਮੰਗਦਾ, ਸਰ੍ਹੋਂ ਦਾ ਤੇਲ ਮੰਗਦਾ, ਅਤੇ ਬਈ ਘਰ ਦੀ ਸਰ੍ਹੋਂ ਪਾ ਦਿਓ, ਕਹਿੰਦੇ ਖਲ ਪਾ ਦਿਓ, ਕੋਲੂ ਵਾਲੀ ਆਪਦੀ ਹੋਵੇ ਜਿਹੜੀ, ਅਤੇ ਹੁਣ ਬਈ ਰੌਲਾ ਇਹ ਆ ਆਪਦੀ ਇੰਨੀ ਸਰ੍ਹੋਂ 20 ਕਿੱਲੇ ਦੀ ਬਈ ਕਿੱਥੋਂ ਲਿਆਈਏ ਆਪਣੀ ਖਲ, ਅਤੇ ਸਰ੍ਹੋਂ ਤਾਂ ਬੀਜ ਦੇ ਕਰਦੇ ਨਹੀਂ ਗੇ ਆਪਾਂ, ਅਤੇ ਕਿਸੇ ਕੋਲੂ ਵਾਲੇ ਤੋਂ ਪਤਾ ਕਰਦੇ ਹਾਂ, ਹੁਣ ਤਾਂ ਪਿੰਡ ਵੀ ਕੋਲੂ ਬਣ ਗਿਆ ਨਵਾਂ ਜਿਹੜੀ ਫੀਡ ਫੈਕਟਰੀ ਦੇ, ਅਤੇ ਸੋਨੀ ਵੀਰ ਨੂੰ ਪੁੱਛਾਂਗੇ ਭਾਈ ਜੇ ਤੁਹਾਨੂੰ ਕਈ ਸਾਡੀ ਖਲ ਹੈਗੀ ਆ ਕੋਈ ਰੀਜਨਲ
ਸਾਨੂੰ ਉਹੀ ਜੀ ਦੇਸੀ ਪਰਦੇਸੀ ਦੇ ਦੀ ਅਤੇ ਆ ਖੈਰ ਗੱਗੂ ਕਿਹਦੇ ਯੂਰੀਆ 'ਚ ਡਲੇ ਨੇ ਅਤੇ ਉਨਾ ਟਾਈਮ ਸਾਨੂੰ ਖਲਾਰਨ 'ਤੇ ਨਹੀਂ ਲੱਗਣਾ ਜੇ ਨਾ ਡਲਿਆਂ ਨੂੰ ਚੋਰਨ 'ਤੇ ਲੱਗੇ ਜੂਗਾ ਠੀਕ ਹੈ ਸਰ ਗੱਗੂ ਨੇ ਮੇਰੀ ਡਿਊਟੀ ਲਾ ਤੀ ਕਹਿੰਦਾ ਦੂਜਾ ਗੱਟਾ ਖੋਲ ਲਾ ਅਤੇ ਖੋਲ ਕੇ ਭੰਨ ਲਾ ਧੋ ਕੇ ਰੱਖ ਕੇ ਗਿਆ ਨਾ ਉਦੇ ਗੋਡੇ ਗੋਡੇ ਮਿੱਟੀ ਲੱਗੀ ਪਈ ਆ ਉਹ ਧੋ ਕੇ ਰੱਖ ਗਿਆ ਮੈਂ ਉਹ ਤਾਂ ਸਾਫ਼ ਹੈਗਾ ਪੁਰਾਣਾ ਹੀ ਹੋ ਰਿਹਾ ਇਹਦੇ ਨਾਲੇ ਚੱਕ ਲਾ ਤਾਂ ਹੈ ਨਵੀਂ ਨਵੀਂ ਲੱਗੀ ਆ ਸੀਰੇ ਭਾਈ ਗੁਆਂਢੀ ਦੇ ਮੋਟਰ ਸੋਲਰ ਆ ਉਹ ਸਾਹਮਣੇ ਕਿੱਥੇ ਜੀ ਆ ਸੀ ਇੱਕ ਤਾਂ ਧੁੱਪਾ ਤੇ ਬਹੁਤ ਬਹੁਤ ਵਧਾਈਆਂ ਸੀਰੇ ਭਾਈ ਤੈਨੂੰ ਤੇ ਸੌਖਾ ਹੋ ਗਿਆ ਕੰਮ ਤੇਰਾ ਤੇ ਖੱਡਾਂ ਵਾਲਾ ਕੰਮ ਥੋੜ੍ਹਾ ਔਖਾ ਹੋਇਆ ਪਿਆ ਤੇ ਬਹੁਤ ਬਹੁਤ ਵਧਾਈਆਂ ਤੇ ਰੱਬ ਤੇਰੇ ਇੱਕ ਹੋਰ ਮੋਟਰ ਲਵਾਵੇ ਤੇ ਪਾਣੀ ਨੂੰ ਸੌਖਾ ਕਰੀ ਜਾਵੇ ਤੈਨੂੰ ਦੋਟਾ ਤੇ ਭਾਈ ਸੀਰੇ ਦਾ ਨਰਮਾ ਕਿਹੜਾ ਸੀਰੇ ਇਹ ਫਲ ਪਤਾ ਆ ਤੇਰਾ ਬੀ ਨਹੀਂ ਯਾਦ ਠੀਕ ਹੈ ਭਾਈ ਤੇ ਸਾਡੇ ਜ਼ਿਆਦਾ ਨਰਮਾ ਜਿਹੜਾ ਹੁੰਦਾ ਸੀਗਾ ਅਸੀਂ ਵਧੀਆ ਜ਼ਮੀਨ 'ਚ ਲਾਲ ਮਿੱਟੀ ਜਿਹੜਾ ਪੈਂਦਾ ਰਾਸ਼ੀ 773 ਅਤੇ ਉਹ ਜ਼ਿਆਦਾ ਬੀਜਦੇ ਸੀਗੇ ਅਸੀਂ ਅਤੇ ਉਹਦਾ ਝਾੜ ਭਾਈ ਬਹੁਤ ਨਿਕਲਦਾ ਰਿਹਾ 40-40 45-45 ਮਣ ਤੱਕ ਵੀ ਗਿਆ ਲੋਕ ਬਹੁਤ ਕੱਢਿਆਗਾ ਅਤੇ 30-32-33 ਮਣ ਆਮ ਹੋ ਜਾਂਦਾ ਸੀਗਾ ਵਧੀਆ ਉਹ ਅਤੇ ਘੱਟ ਤੋਂ ਘੱਟ ਕਿੰਨਾ ਹੋ ਜਾਂਦਾ ਸੀਗਾ ਵੀ ਆਮ ਜਮੀ ਕੋਈ ਖਿੱਚੜਾ ਨਹੀਂ ਕਰਦਾ ਸੀ 15-18 ਮਣ ਉਹਦੇ ਵੀ ਹੋ ਜਾਂਦਾ ਸੀਗਾ ਹੈ ਨਾ ਸੀਰੇ ਅਤੇ ਹੁਣ ਥੋੜ੍ਹੇ ਜਿਹੇ 2-3 ਕੁ ਸਾਲਾਂ ਤੋਂ ਮਾਰ ਪਈ ਜਾਂਦੀ ਸੀ ਗੁਲਾਬੀ ਸੁੰਡੀ ਦੀ ਐਤਕੀ ਦੇਖਣ ਨੂੰ ਨਰਮੇ ਸੋਹਣੇ ਨੇਗੇ ਅਤੇ ਬਾਕੀ ਹੋਏ ਤੋਂ ਪਤਾ ਲੱਗੂਗਾ ਬਹੁਤੀ ਥਾਂ ਇਹ ਵੀ ਕਹੀ ਜਾਂਦਾ ਗੁਲਾਬੀ ਸੁੰਡੀ ਦਾ ਹਮਲਾ ਹਾਲੇ ਵੀ ਹੈਗਾ ਅਤੇ ਕੱਲ੍ਹ ਪਰਸੋਂ ਜਿੱਥੇ ਆਪਾਂ ਟਰੈਕਟਰ ਖੜਾ ਸੀ ਮੋਟਰ ਰੱਖਣ ਵੇਲੇ ਅਤੇ ਉਹ ਨਰਮਾ ਵੀ ਭਾਈ ਸੀਰੇ ਦੇ ਸੀਗਾ ਉਹ ਠੀਕ ਹੈ ਭਾਈ ਅਤੇ ਐਤਕੀ ਅਸੀਂ ਪਹਿਲਾਂ ਸਲਾਹ ਕਰਦੇ ਸੀ ਮੈਂ ਕਿਹਾ 2-2 ਕਿੱਲੇ ਪਹਿਲਾਂ ਨਰਮਾ ਬੀਜ ਲਏ ਅਤੇ ਕਿਹਾ ਸੀ ਪਾਪੇ ਹੋਰਾਂ ਨੂੰ ਫਿਰ ਸਲਾਹ ਹੀ ਕਰਕੇ ਹਟ ਗਏ ਵੀ ਚੱਲ ਕਿੰਨੀ ਕੁ ਤਾਂ ਪੈਲੀ ਹੁੰਦੀ ਹੈ ਵੀ ਉਹਦੇ 'ਚੋਂ ਪਾਪਾ ਕਹਿੰਦਾ ਜੇ ਆਪਣੇ ਵੀ 2 ਕਿੱਲੇ ਮਰ ਗਏ ਅਤੇ ਹੈ ਨਾ ਫਿਰ ਪਿੱਛੇ ਕੀ ਰਹਿ ਜੂ ਵੀ ਝੋਨਾ ਹੀ ਲਾ ਲਓ ਚਲੋ ਅਤੇ ਇਸ ਕਰਕੇ ਵੀ ਅਸੀਂ ਝੋਨੇ 'ਤੇ ਹੋ ਗਏ ਸੀ ਜਮੀ ਅਤੇ ਸੂ ਤਾਂ ਨਰਮਾ ਸੋਹਣਾ ਅਤੇ ਸਿਖਰ ਦੁਪਹਿਰਾ 11 ਵਜੇ ਦੇ ਲਵੇ ਹੋ ਗਿਆ ਸਮਾਂ ਸਮਾਂ ਹੋਇਆ 12:28 ਦਾ ਇਹ ਸਮਾਂ ਤੁਹਾਨੂੰ ਕਿਉਂ ਦਿਖਾ ਰਿਹਾ ਅਤੇ ਅੱਜ ਜਿਹੜਾ ਕਾਫੀ ਚਿਰ ਤੋਂ ਰੌਲਾ ਪੈ ਰਿਹਾ ਸੀ ਉਹਦੀ ਗੱਲ ਕਰਦੇ ਹਾਂ ਕਈ ਦਿਨਾਂ ਤੋਂ 0 Shadow Day ਅਤੇ ਆਹ ਦੇਖ ਲਓ ਕਿੰਨੀ ਕੁ ਸ਼ੈਡੋ ਭਾਈ ਖਤਮ ਹੋਈ ਹੈਗੀ ਆਪਣੇ ਪੰਜਾਬ 'ਚ ਅਤੇ ਆਹ ਚੋਬਰ ਸਾਡੇ ਐਨ ਖੜ੍ਹੇ ਹੈਗੇ ਅਤੇ ਸਮਾਂ ਤੁਹਾਨੂੰ ਦਿਖਾਤਾ 12:30 ਦਾ ਰੌਲਾ ਪਾਇਆ ਸੀ ਕਿ 12:30 ਬਿਲਕੁਲ ਪਰਛਾਈ ਭਾਈ ਜਮ੍ਹਾਂ ਥੱਲੇ ਹੋਊਗੀ ਅਤੇ ਆਹ ਬਿਨਾਂ ਪਰਛਾਵੇਂ ਵਾਲਾ ਦਿਨ ਦੇਖ ਲਓ ਅਤੇ ਆਪਣੇ ਏਰੀਏ 'ਚ ਇਹ ਪੰਜਾਬ 'ਚ ਬਿਲਕੁਲ ਹੈ ਨਹੀਂ ਜਿਵੇਂ ਪਹਿਲਾਂ ਗੱਲ ਕਰੀ ਸੀ ਦੱਖਣ ਭਾਰਤ ਉਸ ਸਾਈਡ ਵੱਲ ਕਈ ਸੂਬਿਆਂ 'ਚ ਉੱਧਰ ਹੋਊਗਾ ਅਤੇ ਇੱਥੇ ਤਾਂ ਸ਼ੈਡੋ ਸਾਡੇ ਮੁੰਡੇ ਜਿੰਨੀ ਕੁ ਦਿਖ ਰਹੀ ਆ ਅਤੇ ਉਹੀ ਰੋਜ਼ ਵਾਲਾ ਕੰਮ ਹੀ ਆ ਗਰਮੀ 'ਚ ਜਿੰਨੀ ਕੁ ਇਹ ਦੇਖਦੀ ਹੁੰਦੀ ਹੈਗੀ ਅਤੇ ਇੰਨੀ ਕੁ ਗੱਲਬਾਤ ਸੀ ਅਤੇ ਆਪਣੇ ਮੁੰਡੇ ਆ ਬਸ ਗੱਗੂ ਤਾਂ ਉੱਧਰੋਂ ਨੱਕਾ ਬਦਲ ਕੇ ਹੱਥ ਮੂੰਹ ਧੋ ਕੇ ਬੈਠਣ ਹੀ ਲੱਗਿਆ ਸੀ ਮੈਂ ਆ ਜਾ ਵੀਡੀਓ ਬਣਾਉਣੇ ਆ ਅਤੇ ਮਨਪ੍ਰੀਤ ਵੀ ਪਿਆ ਸੀ ਡਿੱਡਾ ਹੋਇਆ ਇਹਨੂੰ ਵੀ ਮੈਂ ਠਾ ਕੇ ਲਿਆਂਗਾ ਇੰਨੀ ਕੁ ਖਿੱਚੜਾ ਕਰਾਈ ਇਹਨਾਂ ਨੂੰ ਅਤੇ ਮੈਂ ਕਿਹਾ ਆ ਜਾਓ ਥੋੜ੍ਹੀ ਜਿਹੀ ਪਰਛਾਈ ਦਿਖਾਉਂਦੇ ਹਾਂ ਕਿ ਵੀ ਦਰਖਤ ਦੀ ਪਰਛਾਈ ਦਿਖਾਉਂਦੇ ਉਹ ਤਾਂ ਪਤਾ ਨਹੀਂ ਲੱਗਦਾਗਾ ਅਤੇ ਬੰਦੇ ਦੀ ਪਰਛਾਈ ਤੋਂ ਪਤਾ ਲੱਗ ਰਿਹਾ ਹੈਗਾ ਅਤੇ ਇੰਨੀ ਗੱਲਬਾਤ ਸੀਗੀ 12:30 ਦਾ ਸਮਾਂ ਹੋ ਗਿਆ ਅਤੇ ਹੁਣ ਥੋੜ੍ਹਾ ਜਿਹਾ ਦਮ ਲੈਂਦੇ ਹਾਂ ਅਤੇ ਯੂਰੀਆ ਪਾਈ ਅਤੇ ਕੱਖਾਂ 'ਤੇ ਡਿਊਟੀ ਨਹੀਂ ਲਾਈ ਕਿਉਂਕਿ ਕੰਮ ਹਲਕਾ ਹੁੰਦਾ ਜਦੋਂ ਆਪਾਂ ਉਦੋਂ ਇਵੇਂ ਕਰਦੇ ਹੁੰਦੇ ਹਾਂ ਕਿ ਕੋਈ ਗੱਲ ਨਹੀਂ ਕਰ ਲਾਂਗੇ ਯਾਰ ਇੰਨਾ ਕੀ ਹੈਗਾ ਅਤੇ ਬਾਈ ਸਾਡੇ ਕੋਲ ਉੱਧਰ 1 ਡੱਬਰੀ ਮਤਲਬ 1.25 ਕਿੱਲੇ ਦਾ ਕੱਖ ਜੇ ਟਾਵੇਂ ਟਾਵੇਂ ਖਿੱਚਣ ਵਾਲੇ ਰਹਿੰਦੇ ਹੈਗੇ ਜਿਵੇਂ ਇਹਨਾਂ 'ਚ ਵੀ ਬਾਕੀ ਨਵੇਂ ਲੱਗੇ ਝੋਨੇ 'ਚ ਕਿਤੇ ਹੈ ਹੀ ਨਹੀਂ ਗਾ ਅਤੇ ਜਦੋਂ ਕੋਈ ਮੂੰਹ ਸਿਰ ਕਿਤੇ ਡੱਕਾ ਦੇਖਣ ਲੱਗਿਆ ਕਦੇ ਖਿੱਚ ਲਾਂਗੇ ਤੁਰਦੇ ਫਿਰਦੇ ਅਤੇ ਖੈਰ ਗਰਮੀ ਵਾਲਾ ਮਾਹੌਲ ਪੂਰਾ ਗਾ ਅਤੇ ਹਵਾ ਬਿਲਕੁਲ ਹੈ ਹੀ ਨਹੀਂ ਅੱਜ ਮਾੜੀ ਮੋਟੀ ਹਲਕੀ ਫੁਲਕੀ ਹੋਵੇ ਤਾਂ ਕੀ ਕਹਿਣਾ ਗਾ ਪੱਤੇ ਐਨ ਬਿਲਕੁਲ ਜਮ੍ਹਾਂ ਸ਼ਾਂਤ ਨੇਗੇ ਸ਼ਪੈਦੇ ਹੋ ਰਹੇ ਠੰਡਾ ਮਾਹੌਲ ਆ ਅਤੇ ਗੱਗੂ ਨੇ ਫਿਰ ਚੱਕ ਲਈ ਕਹੀ ਅਤੇ ਨੱਕਾ ਮਿਲਦਾ ਕੱਚਾ ਪੱਕਾ ਛੱਡਿਆ ਆਊਗਾ ਕੋਈ ਅਤੇ ਇੱਕ ਆਹ ਵੀਰ ਕਈ ਵੀਰ ਭਾਈ
फोन करते होंगे कोठा बना लो कमरा बना लो तो हाँ भाई वह भी बनावे तो फिलहाल तक कम चलता गया जिम्मे वह गल आ घर आख्या नहीं करता भुली नहीं बिहारा तो कई बार उ गलबात भी हो जाती है पर इस तो जरूरी कुछ नहीं आ वधिया उठ बैठ जाने मीह कणी च वह भी सही है भाई सारे भरावां दी गल तो उधर वो सामने उत्थे हैगा गा साडे कोले वह कमरा शटर लग्या होया वधिया तो वह उत्थों पही आउंदी आ इधर दी मुड़ के वह पही उत्थे उहदे कोले उठ बैठ जाने कई बार जदों ऐ लगे ज़्यादा मौसम खराब हैगा तो एक इधर सी अमरूदा दे उल्ले इत्थे आ वह थोड़ा जिहा पुराना हो चुकिया तो फिलहाल तो इत्थे बहुत सोहना जी लगता गा साडा ये उत्तों की मंजा रख्या हुआ थलों जो पानी चलता हूँ तो पानी पैर आपके हिलाई जाने जमी समुद्र किनारे वाली फीलिंग जी आपकी लै लें दो मंजे आते इतने बस दम लै ले दोपहर में पे रहने बच्चे घुसड़ के वैसे पैन वाले दो बंदे होंगे एक अद्धा बंदा उरे भरे फिर हों कई बार तो खैर इस वक्त मैं एक बगला उड़ता नजर आ रहा है झोने के उत्तों की तो ये असं निगाह रखते होंगे इन्हों की एक निशानी आ भाई जो बगले अपने झोने च बैठन जे लग जा तो समझ लो भी सुंडी आ तो फिलहाल तो सूँ नज़र नहीं आती उत्तों की टप गया जहाज वगू तो ठीक है खैर सुख राजी भाजी तो मल ला मंजा चैक भाई खान भी लग गया रोटी हो उरे बह जा मंजे ते आ जा ले फट चाह पी के तेरा दिल लगू वाहू चकला सिर आओ छोटा जि कौला उधर गया बटला शेर बग्या ढाई बज गए नीरा पौना 3 बजे जाके मैं तो हूँ तप करन दा टाइम आ गया चाह पी के किधर दाती की भाल च दसते उधरों आवाज आ गई दाती कहिंदे इधर पई आ कित्थे पई आ कित्थे रखी आ गोए मम्मी ओए मेरे झुग्गे ना खोल के दे ते इधरों पई थड़ा थड़ा ही हो रही है महारा बटला कहिंदा खड़ जा अद्धा घंटा मां चल अद्धा घंटा खड़ जाना फिर उदों की हो जू ऐ दस दे ते फिर भाई साहब चुप ने गए ते आ पईयां दातियां दा इधरों मैनूं दिखी जांदे सी वैसे मैं गगू नूं छिड़ के नज़ारे लै रहा ही इथो बढ़ेंगे चल बढ़ ले दाती बढ़ चक फिर शाबाश आ जा चोटिया आया भज के ताज ओ पैर मचन गए ओ पैर मचन गए भजा 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 लो 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 जाए स्कूल सत श्रीकाल करो सारे सत श्रीकाल हाथ जोड़ के उची उची बोलो उची बोलो जी लाइक करो जी सारे जने अमरूद खा लो गाइस मैं कहते अमरूद खा लो गाइस हूँ बोल खवा दे फिर उन्होंने खवा दे कैमरे च किने के सवाद की बनाओ हूँ तेरी वीडियो आके कहना हूँ वीडियो बना दे चाचा चल हूँ गाना सुनाऊगा मैनू पता थापी तो मारनी रहेगी बाकी दे नहीं मारनी
ਵੈਰੀ ਗੁੱਡ ਸਾਈ ਦੀਦੀ ਕਿੱਥੇ ਆ ਸਾਈ ਦੀਦੀ ਕਰੀ ਆ ਕੀ ਕਰੀ ਜਾਂਦੇ ਆ ਟੈ 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 ਤੇ ਜਿਮ ਦੀ ਡਿਊਟੀ ਦਾ ਸਮਾਂ ਤੇ ਇਸੇ ਵੇਲੇ ਆਪਣੇ ਬਾਤਚੀਤ ਦਾ ਸਿਲਸਿਲਾ ਜਾਰੀ ਕਰਦੇ ਉਹਨੇ ਨਾਲ ਹੀ ਤੇ ਕੱਲ੍ਹ ਜਿਹੜੀ ਬਾਤ ਪਾਈ ਸੀਗੀ ਹਰੀ ਡੰਡੀ ਲਾਲ ਕਮਾਨ ਤੌਬਾ ਤੌਬਾ ਘਰੇ ਪਠਾਣ ਇਹਦਾ ਸਹੀ ਉੱਤਰ ਸੀਗਾ ਲਾਲ ਮਿਰਚ ਬਹੁਤ ਸਾਰੇ ਵੀਰਾਂ ਭੈਣਾਂ ਨੇ ਬੁੱਝੀ ਆ ਬਾਤ ਉੱਤਰ ਦਿੱਤਾ ਹੋਇਆ ਸਾਰੇ ਵੀਰਾਂ ਭੈਣਾਂ ਦਾ ਤਹਿ ਦਿਲ ਤੋਂ ਧੰਨਵਾਦ ਅਤੇ ਦੂਜੇ ਵੀਰਾਂ ਭੈਣਾਂ ਦਾ ਵੀ ਧੰਨਵਾਦ ਜਿਹੜੇ ਵੀਡੀਓ ਦੇ ਨਾਲ ਐਂਡ ਤੱਕ ਬੋਲ ਬਣੇ ਹੋਏ ਨੇ ਨਾਲ ਅਤੇ ਅੱਜ ਕਿਹੜੀ ਬਾਤ ਪਾ ਰਹੇ ਹਾਂ ਮੰਮੀ ਆਪਾਂ ਅੱਜ ਪਾ ਰਹੇ ਬਹੂ ਆਈ ਆਪੇ ਚਾਰ ਲਿਆਈ ਕਾਕੇ ਇੱਕ ਗੋਦੀ ਇੱਕ ਮੋਢੇ ਇੱਕ ਬਾਪੂ ਬਾਪੂ ਆਖੇ ਛੋਟੀ ਜਿਹੀ ਬਾਤ ਬਹੂ ਆਈ ਆਪੇ ਚਾਰ ਲਿਆਈ ਕਾਕੇ ਇੱਕ ਮੋਢੇ ਇੱਕ ਗੋਦੀ ਇੱਕ ਮੋਢੇ ਇੱਕ ਬਾਪੂ ਬਾਪੂ ਆਖੇ ਧੰਨਵਾਦ ਠੀਕ ਆ ਬਾਈ ਤੇ ਸਾਰੇ ਜਣੇ ਨੇ ਬਾਈ ਕੋਸ਼ਿਸ਼ ਕਰਨੀ ਆ ਪੋਸਟ ਕਰਕੇ ਜਰੂਰ ਕਮੈਂਟ ਭੇਜੋ ਲਾਈਕ ਕਰੋ ਸ਼ੇਅਰ ਕਰਿਓ ਧੰਨਵਾਦ ਤੁਹਾਡੇ ਜੁੜੇ ਰਹੇ ਹੋਏ ਚੈਨਲ ਦੇ ਨਾਲ ਤੇ ਇਸੇ ਦੇ ਨਾਲ ਆਪਣਾ ਪ੍ਰੋਗਰਾਮ ਸਮਾਪਤੀ ਦੇ ਬਾਲਣ ਤੇ ਨਾ ਬੋਲਾਂਗੇ ਆਪਾਂ ਕੱਲ ਨੂੰ ਅੱਜ ਨਾ ਨੋਟ ਨਹੀਂ ਕਰੇਗੇ ਜਿਆਦਾ ਕੰਮ ਧੰਦੇ ਹੋਣ ਕਰਕੇ ਤੇ ਹੁਣ ਤਾਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਊਗਾ ਸਤਿ ਸ੍ਰੀ ਅਕਾਲ ਬੋਲ ਕੇ ਸਤਿ ਸ੍ਰੀ ਅਕਾਲ ਲਾਈਕ ਸ਼ੇਅਰ ਉੱਚੀ ਬੋਲ ਦਿੰਦੇ ਆ ਤੇ ਠੀਕ ਹੈ ਚੱਲ ਚਲਾ ਲਾ ਸਾਈਕਲ ਤੇ ਇਸੇ ਦੇ ਨਾਲ ਭਾਈ ਸਮਾਪਤੀ ਆ ਚੱਲਦੇ ਹੁਣ ਜਿੰਮ ਦੀ ਡਿਊਟੀ ਤੇ ਲਾਈਕ ਕਰਿਓ ਬਾਈ ਵੀਡੀਓ ਨੂੰ ਲਾਜ਼ਮੀ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਓ ਫੇਸਬੁੱਕ 'ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਲਾਜ਼ਮੀ ਕਰ ਲਿਓ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ